श्री मुक्तसर साहब तो दुख भरी खबर सामने आ रही है। श्री मुक्तसर साहब के पिंड खुंडे हलाल के ट्रैक्टर ट्राली के पराली दियां गठां लद के लजाई जा रही सी। जिवें ही यह ट्रैक्टर ट्राली लिंक रोड उत्ते चढ़िया तो बिजली दियां तारां अचानक इस ट्रैक्टर के उत्ते डिग गई, जिस दे नाल करंट लगन दे नाल तीन नौजवान जख्मी हुए जिन्हां नूं हस्पताल दे विच लजाया गया। हस्पताल दे विच एक नौजवान आकाशदीप ने जिसकी उम्र 21 साल है तो वह दो भैणां दा इकलौता भरा सी, उसने दम तोड़ दिता है, उसकी मौत हो गई है। जिस तों बाद इलाके दे विच बड़ी सोग की लहर है और अचानक हुई इस मौत दे नाल परिवार दे विच दुख का पहाड़ टुटिया। रात जी ये बंदे अपने पराली का काम कर रहे हैं जी, पराली आकाशदीप कुलदीप जी की घटना वापरी जी। इन्होंने जी जो ट्राला लोड करके फैक्ट्री जा रहे थे, की पा रहे थे ट्राले च? पराली दी गठा जी। की हो गया जी अगे? जो ये लोड करके जा रहे थे जी खुनरकला रोड तो चुभड़ा ही रोड चढ़ रहे थे, रास्ते जो ट्राला लंघाउण लगे तारा के थलों की जी, वो तार टुटन कारण ट्राले उपर डिग के करंट लग गया जी। की होया जी करंट लगन तो बाद? करंट लगन तो बाद जो है जी आकाशदीप जी वो तो तुरंत बेचारे जी मौत हो गई। कितनी उम्र थी वीर जी उसकी? 21 साल जी। परिवार च कमाने वाला कौन है? आकाशदीप भाई एको दा छोटा भाई, दो जने जी ते दो भैणां बेचारे। कमाई दा की साधन है परिवार दा? गरीब परिवार आई दिहाड़ी दा करदा जी। ਜਿਹੜੇ ਜ਼ਖਮੀ ਆ ਉਹਦੀ ਹਾਲਤ ਕਿਹੋ ਜਿਹੀ ਆ? ਜ਼ਖਮੀ ਦੀ ਵੀ ਹਾਲਤ ਥੋੜ੍ਹੀ ਜਿਹੀ ਸੀਰੀਅਸ ਸੀ, ਉਹਨੂੰ ਲਿਆ ਕੇ ਪ੍ਰਾਈਵੇਟ ਹਸਪੀਟਲ ਭੁੱਲਰ ਦੇ ਵਿੱਚ ਮੁਕਤਸਰ ਦਾਖਲ ਕਰਾਇਆ ਗਿਆ। ਘਟਨਾ ਕਿੰਨੇ ਕੁ ਵਜੇ ਵਾਪਰੀ ਆ? 8:40 ਤੇ। ਪੁਲਿਸ ਵਗੈਰਾ ਆਈ ਕੋਈ ਤੁਹਾਡੇ ਕੋਲੇ? ਹਾਂਜੀ ਸੁਬਹ ਆਈ ਸੀ। ਕੀ ਮੰਗ ਕਰਦੇ ਹੋ ਸਰਕਾਰ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਜੀ ਵੀ ਗੁਰਵੀਰ ਪਰਿਵਾਰ ਆ ਇਹਨਾਂ ਦੀ ਮਦਦ ਕੀਤੀ ਜਾਵੇ। ਮਜ਼ਦੂਰੀ ਕਰਦੇ ਸਾਡੇ ਖੇਤ ਮਜ਼ਦੂਰ ਕੱਲ੍ਹ ਜੋ ਗੱਠਾਂ ਦੇ ਕੰਮ ਕਰਦੇ ਸੀ, ਟਰਾਲਿਆਂ ਦੇ ਭਰਦੇ ਸੀ, ਤਾਂ ਜਦੋਂ ਉਹ ਟਰਾਲਾ ਭਰ ਕੇ ਸੜਕ 'ਤੇ ਚੜ੍ਹਨ ਲੱਗੇ ਤਾਂ ਉਹ ਟਰਾਲਾ ਜਿਹੜਾ ਟਰੈਕਟਰ ਸੀ ਉਹ ਅੱਗੋਂ ਚੱਕਿਆ ਗਿਆ, ਜਿਹਦਾ ਕਾਰਨ ਕਰਕੇ ਉਹ ਖਤਰੇ 'ਚ ਖਾਲ 'ਚ ਡਿੱਗਣ ਦੀ ਸੀਗਾ। ਤਾਂ ਉਹਨਾਂ ਨੇ ਬੱਚਿਆਂ ਨੇ ਉਸ ਜਿਹੜਾ ਟਰੈਕਟਰ ਸੀਗਾ ਉਹਨੂੰ ਬਾਹਰ ਕੱਢਣ ਵਾਸਤੇ ਜਦੋਂ ਅੱਗੇ ਸੰਗਲ ਪਾ ਕੇ ਬਾਹਰ ਖਿੱਚਿਆ ਤਾਂ ਪਿੱਛੋਂ ਜਿਹੜੀ ਲਾਈਟ ਸੀ ਉਹਦੀ ਤਾਰ ਟੁੱਟ ਗਈ, ਤਾਰ ਟੁੱਟ ਕੇ ਅਤੇ ਉਹ ਖੰਭੇ ਦੇ ਉੱਤੇ ਡਿੱਗ ਪਈ, ਜਿਹਦੇ ਕਾਰਨ ਕਰਕੇ ਉੱਥੇ ਇੱਕ ਸਾਡੇ ਬੱਚੇ ਦੀ ਮੌਤ ਹੋ ਗਈ, ਦੂਜੇ ਦੋ ਤਿੰਨ ਚਲਾ ਕੇ ਮਾਰੇ, ਇੱਕ ਕਾਫੀ ਜ਼ਖਮੀ ਸੀਗਾ ਜਿਹਨੂੰ ਉਹ ਇੱਥੇ ਦਾਖਲ ਵੀ ਕਰਾਇਆ। ਟਰਾਲੇ ਵਗੈਰਾ ਕਿਹਦੇ ਸੀ ਜੀ? ਉਹ ਟਰਾਲੇ ਮਜ਼ਦੂਰਾਂ ਦੇ ਸੀਗੇ ਜੀ, ਮਜ਼ਦੂਰਾਂ ਨੇ ਵਿਚਾਰਿਆਂ ਨੇ ਹੁਣ ਜਿੰਨਾ ਰੁਜ਼ਗਾਰ ਹੈ ਨਹੀਂ ਕੋਈ, ਉਹਨਾਂ ਕੋਲ ਹੋਰ ਧੰਦਾ ਹੈ ਨਹੀਂ, ਅਤੇ ਇਸ ਕਰਕੇ ਹੁਣ ਸਾਰੇ ਮਜ਼ਦੂਰ ਇਸੇ ਮਿਹਨਤ ਮਜ਼ਦੂਰੀ 'ਤੇ ਲੱਗੇ ਹੋਏ ਆ ਕਿਉਂਕਿ ਸਾਡੇ ਕੋਲ ਹੋਰ ਕੋਈ ਧੰਦਾ ਹੈ ਨਹੀਂ। ਪਰਿਵਾਰ ਦੀ ਹਾਲਤ ਕਿਹੋ ਜਿਹੀ ਅੰਦਰ? ਮਜ਼ਦੂਰਾਂ ਦੀ ਤੁਹਾਨੂੰ ਪਤਾ ਹੀ ਆ ਬਹੁਤ ਬੁਰੀ ਹਾਲਤ ਆ, ਇਸ ਪਰਿਵਾਰ ਦੀ ਵੀ ਹਾਲਤ ਬਹੁਤ ਨਾਜ਼ੁਕ ਆ, ਬਹੁਤ ਮਾੜੀ ਆ। ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਘੱਟੋ ਘੱਟ ਜੇ ਅਸੀਂ ਉਸ ਸੜ ਗਿਆ ਹੋਇਆ ਜੀ ਵਾਪਸ ਨਹੀਂ ਕਰਾ ਸਕਦੇ ਤਾਂ ਉਸ ਪਰਿਵਾਰ ਨੂੰ ਜਿਉਂਦੇ ਰਹਿਣ ਵਾਸਤੇ, ਕਿਉਂਕਿ ਪਿੱਛੇ ਹੁਣ ਜਿੰਨਾ ਪਰਿਵਾਰ ਨੇ ਸੰਤਾਪ ਝੱਲਣਾ ਉਹਨੂੰ ਜਿਉਂਦਾ ਰੱਖਣ ਵਾਸਤੇ ਉਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ।